ਦੀ ਜਾਤ ਕਿਸੇ ਵੈਰੀ ਦੁਸ਼ਮਣ ਨੂੰ ਸੱਪਾਂ ਦੀ ਮੌਤ ਨਾ ਬਾਰੇ ਮਿਲ ਕੇ ਕਹੋ ਜੀ ਆਵੇ। ਲਓ ਗੌਰ ਕਰੋ ਜਰਾ ਇਹ ਨਾਰਾ ਸਪਣੇ ਖੋਲ ਪੁੱਤਰੇ ਦੇ ਨਾਲ ਦੀ ਆ ਜੋੜੇ ਦਾ ਸ਼ੁਕਲ ਵੇਖੀ ਸਭ ਸਪਣੀ ਜੰਗਲ ਦੀ ਆਜ਼ਾਦੀ ਦੇ ਵਿੱਚ ਆਜ਼ਾਦ ਹੋਣ ਤੇ ਵੇਖੋ ਜਰਾ ਜੰਗਲ ਵਾਲਾ ਇਹਨਾਂ ਦਾ ਪ੍ਰੋਗਰਾਮ ਵੱਢ ਵੇਖਾ ਤਰਾ ਨਾ ਗਏ ਦੀ ਬਾਹਰ ਜਾਂ ਬਾਤ ਪਰ ਇਹ ਕੋਈ ਖੁੱਟ ਦਾ ਜੋੜਾ ਭਾਰੀ ਨਰ ਤੇ ਮਾਦੀ ਦਾ ਸਭ ਤੇ ਸਪਣੇ ਦਾ ਪੁੱਤਰ ਤਲੀ ਤੇ ਦੈਰ ਵਹਾਉਣੀ ਹੈ ਠੀਕ ਹੈ ਪਰ ਛੁਰੀ ਹੱਥ ਵਿੱਚ ਮੇਰਾ ਪੁੱਤਰ ਲਓ ਜੀ ਸਾਰੇ ਬੰਦੇ ਤੇਰਾ ਕਰਨਾ ਦੇ ਤਵਜੋ ਆਹ ਸੱਪ ਦੀ ਜ਼ਹਿਰ ਵੇਖੋ ਜਿਵੇਂ ਜਲੇਬੀਆਂ ਦਾ ਸ਼ੀਰਾ ਹੁੰਦਾ ਤੇ ਸੱਪ ਦੀ ਜ਼ਹਿਰ ਹੁੰਦੀ ਆ ਜਿੰਨੇ ਨਾਗ ਮੈਂ ਤੁਹਾਡੇ ਸਾਹਮਣੇ ਛੱਡਣ ਡਿਆ ਆਓ ਨਿਕਲੀਏ ਨਾਗਨ ਬਾਹਰ ਹਟ ਇਮਾਨਦਾਰੀ ਦੀ ਗੱਲ ਇਹ ਆ ਬਾਊ ਜੀ ਤੁਹਾਡੇ ਵਾਸਤੇ ਸੱਪ ਹੈ ਇਹ ਮੇਰੇ ਵਾਸਤੇ ਸੱਪਾਂ ਤੇ ਸੱਪ ਨਹੀਂ ਹੈ ਰਿਛਾਂ ਦੇ ਵੱਲ ਭਾਜੀ ਕਲੰਦਰ ਜਾਣਦੇ ਆ ਬੋਲੋ ਵੀਰ ਜੀ ਇੱਕ ਨਾਗ ਇੱਕ ਸੱਪ ਆ ਮੈਂ ਵਹਾਉਣ ਲੱਗਾ ਇਨਾਮ ਵਾਲਾ ਸੱਪ ਪੁੱਤਰ ਮੈਨੂੰ ਦੇ ਆਹ ਕਾਲੇ ਸੱਪ ਦੀ ਜ਼ਹਿਰ ਤਲੀ ਤੇ ਤੂੰ ਵਹਾਉਣੀ ਹੈ ਠੀਕ ਹੈ ਇੱਕ ਨਾਗ ਇੱਕ ਸੱਪ ਆ ਮੈਂ ਵਹਾਉਣ ਲੱਗਾ ਜੀ ਹਟ ਇਹ ਸੱਪ ਦੇ ਇਹ ਨਾਗ ਦੇ ਮੈਂ ਤਲਕ ਹੈ ਵੇਖੀ ਜਰਾ ਮੇਰਾ ਚੈਲੰਜ ਹੈ ਔਰ ਮੇਰਾ ਐਲਾਨ ਹੈ ਐਨੀ ਮਹਿਫਲ ਐਨੀ ਮਹਿਫਲ ਚੋਂ ਕੋਈ ਮੇਰਾ ਭਰਾ ਵੱਡਾ ਚਾਹੇ ਛੋਟਾ ਤੇ ਕਲਮਾ ਸੋਹਣੇ ਪਾ ਕੇ ਨਬੀ ਜਾ ਪੜ ਕੇ ਨਾ ਇੱਕ ਗੱਲ ਮੈਨੂੰ ਕਵੇ ਕਿ ਭਾਏ ਦੇ ਨਾਲ ਦਾ ਸਾਪੇ ਦੇ ਨਾਲ ਦਾ ਨਾਲ ਆ ਵੇਖੀ ਜੋੜੇ ਦਾ ਸ਼ੁਕਰ ਤੇਰੇ ਤੋਂ ਇਲਾਵਾ ਜਾਂ ਤੇਰੇ ਬਜ਼ੁਰਗਾਂ ਤੋਂ ਇਲਾਵਾ ਚੱਲ ਪਈ ਨਿਕਲ ਬਾਹਰ ਆਹ ਕਿਸੇ ਤੀਜੇ ਬੰਦੇ ਕੋਲ ਅੱਗੇ ਵੇਖੇ ਆ ਸਰ ਕਿਸੇ ਜੋਗੀ ਮਾਂਦਰੀ ਸਪੇਰੇ ਸੱਪਾਂ ਦੇ ਰੱਖਣ ਵਾਲੇ ਕੋਲ ਹੈ ਵੇਖੇ ਮੁਸਲਮਾਨਾਂ ਦੀ ਮਹਿਫਲ ਹੀ ਰੁਪਈਆ ਸੌ ਜੇਬ ਚੋਂ ਕੱਢ ਕੇ ਇਨਾਮ ਦੇਵਾਂਗਾ ਸ਼ਰਤ ਨਹੀਂ ਹੱਲ ਵੇਖ ਲਓ ਕਈ ਭਰਾ ਕਹਿੰਦੇ ਨੇ ਲਾਲਾ ਕਿਹੜਾ ਸੱਪ ਜਿਹੜਾ ਅਸੀਂ ਨਹੀਂ ਵੇਖਿਆ ਤੂੰ ਲਈ ਫਿਰਨਾ ਤਾਂ ਵੇਖੋ ਵੀਰ ਜੀ ਇਹ ਉਹ ਨਾਗ ਹੈ ਪੁੱਤਰ ਖੋਲੀ ਇਹਨੂੰ ਵੀ ਅੱਲਾ ਪਾਕ ਦੀ ਜਾਤ ਨੇ ਇਹਦਾ ਥੱਲੇ ਵਾਲਾ ਸੱਪ ਦਾ ਬਣਾਇਆ ਆਹ ਵੇਖ ਲਓ ਜੀ ਇਹਦੀ ਉਤਲੀ ਸਾਈਡ ਦੇ ਉੱਤੇ ਵੇਖੋ ਇੱਕ ਬੰਦੇ ਦੀ ਸ਼ਕਲ ਇੱਕ ਬੰਦੇ ਦੀ ਤਸਵੀਰ ਸਾਫ਼ ਤਰੀਕੇ ਨਾਲ ਕਿਵੇਂ ਲਾਈ ਜਿਹਨੂੰ ਕਈ ਬੰਦੇ ਵੇਖਣ ਤੋਂ ਬਾਅਦ ਇਹ ਗੱਲ ਕਹਿਣ ਤੇ ਮਜਬੂਰ ਹੋ ਜਾਂਦੇ ਨੇ ਕਿ ਸਾਪਾਂ ਚ ਬੰਦੇ ਦੀ ਸ਼ਕਲ ਵਾਲਾ ਵੇਖਿਆ ਆਹ ਮੇਰੇ ਕੋਲ ਜਿੰਦਾ ਮਜੂਦ ਹੀ ਆਹ ਜਿੰਦਾ ਮੈਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਲੱਗਾ ਖੋਲ ਕੇ ਛੱਡਣ ਚੱਲ ਪਈ ਆਹ ਜਿਹੜਾ ਨਾਗ ਸੱਪ ਮੈਂ ਲੱਗਾ ਨਾ ਖੋਲਣ ਭਾਈ ਜਾਨ ਇਹ ਸੱਪ ਨੇ ਇਹ ਨਾਗ ਨੇ ਆਪਣੀ ਪੂਰੀ ਜ਼ਿੰਦਗੀ ਦੇ ਅੰਦਰ ਦੋ ਵਾਰੀ ਕਾਇਆ ਬਦਲੀ ਪਹਿਲੀ ਵਾਰੀ ਇਹਨੇ ਕਾਇਆ ਬਦਲੀ ਭਾਈ ਜਾਨ ਨੇ ਆਪਣੇ ਪੀਰ ਆਪਣੇ ਮੁਰਸ਼ਦ ਦੀ ਮੌਤ ਕੀਤੀ ਉਹਦੀ ਇਹਨਾਂ ਸੱਪਾਂ ਤੇ ਨਾਗਾਂ ਦਾ ਪੀਰ ਮੁਰਸ਼ਦ ਰਹਿਬਰ ਕੌਣ ਸੀ ਆਹ ਵੇਖ ਜਿਹਦੇ ਸਿਆਲਕੋਟ ਦੇ ਰਹਿਣ ਵਾਲਾ ਨਾਮ ਦਾ ਗੁੱਗਾ ਤੇ ਸਾਲ ਦਾ ਚੋਹਾਰ ਗੁੱਗਾ ਪੀਰ ਦਾ ਗੁੱਗਾ ਪੀਰ ਇੱਕ ਸਾਲ ਦਾ ਬੱਚਾ ਸੀ ਜੋ ਗੁੱਗੇ ਦੀ ਮਾਂ ਨੇ ਅਲਵੇਟ ਪੁੱਤਰ ਸੀ ਉਹਦੀ ਆਹ ਗੁੱਗੇ ਦੀ ਮਾਂ ਨੇ ਗੁੱਗੇ ਪੀਰ ਨੂੰ ਐਨ ਕਰਕੇ ਚਾਰ ਪਾਈ ਦੇ ਉੱਤੇ ਲਟਾਇਆ ਆਪ ਉਹ ਘਰ ਦੇ ਕਿਸੇ ਕੰਮ ਲਾ ਗਈ ਤੇ ਘੜੀ ਦੇ ਮਿੰਟ ਪੰਜ ਨਹੀਂ ਗੁਜ਼ਰੇ ਆਹ ਸੱਪ ਵੇਖੇ ਬੰਦੇ ਦੀ ਸ਼ਕਲ ਵਾਲਾ ਘੜੀ ਦੇ ਮਿੰਟ ਪੰਜ ਨਹੀਂ ਗੁਜ਼ਰੇ ਤੇ ਗੁੱਗੇ ਦੀ ਮਾਂ ਜਦੋਂ ਪਿੱਛੇ ਮੁੜ ਕੇ ਵੇਖਿਆ ਤੇ ਵੇਖਦੀ ਕੀ ਆ ਗੁੱਗੇ ਸਰਕਾਰ ਦੀ ਛਾਤੀ ਤੇ ਸੱਪ ਉਹ ਪੱਖੇ ਵਾਲਾ ਬੈਠਾ ਗੁੱਗਾ ਪੀਰ ਭਾਰੀ ਸੱਪ ਦਾ ਮੂੰਹ ਫੜ ਗਿਆ ਨਾ ਆਪਣੇ ਮੂੰਹ ਦੇ ਵਿੱਚ ਪਾ ਗਿਆ ਖੇਡ ਰਿਹਾ ਤੇ ਮੈਂ ਬੱਚਾ ਖੜਾਉਣੇ ਨਾ ਖੇਡ ਲਿਆ ਗੁੱਗੇ ਦੀ ਮਾਂ ਨੇ ਸੀਨ ਵੇਖਿਆ ਯਕਦਮ ਘਬਰਾ ਗਈ ਰਲਾਵਾ ਦਵਾਈ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਮੇਰੇ ਬੱਚੇ ਦੀ ਛਾਤੀ ਤੇ ਸੱਪ ਬਹਿ ਗਿਆ ਸ਼ੋਰ ਸੁਣ ਕੇ ਮਹੱਲੇ ਦੇ ਤਮਾਮ ਆਂਢੀ ਗੁਆਂਢੀ ਜਮ੍ਹਾਂ ਹੋ ਗਏ ਆਹ ਵੇਖ ਆਹ ਵਿੱਚ ਇੱਕ ਜਵਾਨ ਨੂੰ ਗੁੱਸਾ ਚੜਿਆ ਉਹਨੇ ਵੱਢ ਕੇ ਡਾਂਗ ਫੜੀਏ ਆਹ ਸੱਪ ਨੂੰ ਮਾਰਨ ਲੱਗਾ ਗੁੱਗੇ ਦੀ ਮਾਂ ਕਹਿਣ ਲੱਗੀ ਬੇਟਾ ਇੱਕ ਮਿੰਟ ਠਹਿਰੀ ਇਹ ਡਾਂਗ ਸੁੱਟ ਡੰਡਾ ਕਿਹਨੂੰ ਮਾਰਨ ਲੱਗਾ ਕਹਿਣ ਲੱਗਾ ਮਾਂ ਜੀ ਮੈਂ ਸੱਪ ਮਾਰਨ ਲੱਗਾ ਆਹ ਵੇਖ ਇਹ ਸਾਰੇ ਸੱਪਾਂ ਦਾ ਸਰਦਾਰ ਹੈ ਆਹ ਤਵਜੋ ਕਰੀ ਜਰਾ ਮੇਰੇ ਵੱਲ ਕਹਿਣ ਲੱਗਾ ਮਾਂ ਜੀ ਮੈਂ ਸੱਪ ਮਾਰਨ ਲੱਗਾ ਕਹਿਣ ਲੱਗੀ ਬੇਟਾ ਸੱਪ ਨਹੀਂ ਤੂੰ ਮੇਰਾ ਇੱਕ ਸਾਲ ਦਾ ਬੱਚਾ ਮਾਰਨ ਕਹਿੰਦਾ ਮਾਂ ਜੀ ਉਹ ਕਿਵੇਂ ਕਹਿੰਦੀ ਪੁੱਤਰ ਹੈ ਸੱਪ ਮੇਰੇ ਇਹਨੂੰ ਨਹੀਂ ਮਾਰੇਗਾ ਡੰਗ ਇਹਦੇ ਅੱਗੇ ਹੱਥ ਕਰ ਖਾ ਜਰਾ ਕਹਿੰਦੇ ਹੱਥ ਕਰੋ ਆਹ ਵੇਖੀ ਜਰਾ ਇਸ ਤਰੀਕੇ ਨਾਲ ਇਹ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਇਹਦੇ ਅੱਗੇ ਆ ਨਾ ਕਰ ਆਹ ਵੇਖ ਇਹਨਾਂ ਦਾ ਵੀ ਸਰਦਾਰ ਹੈ ਸਿਰ ਝੁਕਾ ਦਿੰਦੇ ਨੇ ਭਾਈ ਪੁੱਤਰ ਸਾਰੀਆਂ ਗੱਲਾਂ ਛੱਡੋ ਯਾਰ ਪਹਿਲੇ ਸੱਪ ਬੰਦੇ ਦੀ ਸ਼ਕਲ ਵਾਲਾ ਵੇਖੋ ਦੇ ਢਕਣ ਮੇਰਾ ਪੁੱਤਰ ਇਹਦੇ ਤੇ ਮਜ਼ੇਦਾਰੀ ਵੀ ਗੱਲ ਇਹ ਆ ਕਿ ਜਦੋਂ ਇਹ ਸੱਪ ਮੈਂ ਖੋਲਾਂ ਆ ਜਿਹੜੇ ਪੱਖਿਆਂ ਵਾਲੇ ਨਾ ਖਲੋਤੇ ਨੇ ਆ ਵੇਖੋ ਵੀਰ ਜੀ ਇਹਨੂੰ ਝੋਕੇ ਸਲਾਮ ਕਿਵੇਂ ਕਰਦੇ ਜੇ ਝੋਕੇ ਸਲਾਮ ਉਹਨੂੰ ਕੀਤਾ ਜਾਂਦਾ ਜਿਹ ਚ ਕੋਈ ਕਰਦਾਰ ਚੰਗਾ ਹੁੰਦਾ ਬੋਲੋ ਜੀ ਕਰਦਾਰ ਕੁੱਤੇ ਦਾ ਚੰਗਾ ਹੋਵੇ ਮਾਲਕ ਉਹਨੂੰ 50 ਲੱਖ ਦੀ ਗੱਡੀ ਚਵਾ ਲੈਂਦਾ ਬੰਦੇ ਦਾ ਕਰਦਾਰ ਚੰਗਾ 10 ਬੰਦੇ ਵੇਖ ਕੇ ਸਲਾਮ ਕਰਦੇ ਆ ਬੰਦੇ ਦਾ ਕਰਦਾਰ ਚੰਗਾ ਨਾ ਹੋਵੇ ਸੂਟ 50,000 ਦਾ ਪਾਇਆ ਗੱਡ ਵਿੱਚ ਗਾਲਾ ਹੀ ਹੁੰਦੀ ਹੈ
ਹੋਣਾ ਮੈਂ ਪਟਾਰੀ ਦੇ ਵਿੱਚ, ਪਟਾਰੀ ਦੇ ਵਿੱਚੋਂ ਮੈਨੂੰ ਕਦੀ ਬਾਹਰ ਨਹੀਂ ਕੱਢਿਆ, ਬੈਠੇ ਵੀ ਅਰੇਂਜਮੈਂਟ ਵਾਸਤੇ ਜ਼ਰਾ ਖੜੇ ਹੋ। ਭਰਾਵਾਂ ਨੂੰ ਸੱਪ ਵਹਾਈਏ ਪਾਕਿਸਤਾਨ ਤੇ ਜ਼ਿੰਦਾਬਾਦ ਕਰੀਏ ਪੁੱਤਰ, ਸੱਪ ਵਹਾਉਣਾ ਪਟਾਰੀ। ਕਿਸੇ ਬੰਦੇ ਨੂੰ ਇਤਰਾਜ਼ ਨਾ ਹੋਵੇ ਵੀ ਭਾਅ ਮੈਂ ਨੀ ਵੇਖਿਆ ਤੇ ਮੈਂ ਨੀ ਵੇਖਿਆ, ਦੁੱਖ ਆ ਪਟਾਰੀ ਦਾ। ਕਈਆਂ ਬੰਦਿਆਂ ਤੇ ਇਹ ਪਤਾ ਕੀ ਖਿਆਲ ਆ, ਪਰ ਜੋਤ ਮਾਰੇ ਸੱਪ ਕੋ ਨੀ ਵਹਾਉਣਾ ਪਟਾਰੀ ਖਾਲੀ। ਕੋਈ ਬੰਦਾ ਪਟਾਰੀ ਖਾਲੀ ਸਾਬਤ ਕਰੇ ਰੁਪਈਆ ਕਢਾ ਲਈ ਨਾਮ ਦੇਵਾਂਗਾ, ਉਹ ਗੱਲ ਕਦੇ ਨੀ ਕੀਤੀ ਜਿਹਦਾ ਸਬੂਤ ਨਾ ਹੋਵੇ। ਵਹਾ ਹਾਂ ਮੇਰਾ ਪੁੱਤਰ ਇਹਦੇ ਵਿੱਚ ਸੱਪ ਹੈਗਾ, ਤੇ ਆਪਾਂ ਖਾਲੀ ਝੂਠੀ ਬੋਲੀ ਜਾਂਦੇ, ਆੜੇ ਲਾਇਆ ਬੰਦਿਆਂ ਨੂੰ, ਵਹਾ ਇਹਨੂੰ ਵਹਾ। ਚੌਧਰੀ ਨਜ਼ਰ ਮਾਰੀ ਇਹਦੇ ਵਿੱਚ ਸੱਪ ਹੈ, ਖਾਲੀ ਚ ਨਹੀਂ ਹੈ, ਖਾਲੀ ਚ ਨਹੀਂ ਪਟਾਰੀ। ਤਾਂ ਤੁਹਾਡੇ ਸਾਹਮਣੇ ਮੈਂ ਲਗਾ ਖੋਲ ਕੇ ਕੱਢਣ ਪੁੱਤਰ, ਸੱਪ ਪਟਾਰੀ ਚ ਵਹਾਉਣਾ ਤੇ ਕੜਾ ਇਸ ਹਿਸਾਬ ਨਾਲ ਮਾਰ ਕੇ ਸੱਪ ਸਾਰੇ ਬੰਦੇ ਨੂੰ ਸਾਹਮਣੇ ਨਜ਼ਰ ਆਵੇ, ਉੱਥੇ ਮੈਦਾਨ ਚ ਇਹਨੂੰ ਦੀ ਸਲਾਮੀ ਵਹਾ ਕੇ ਤੇ ਪਾਕਿਸਤਾਨ ਤੇ ਜ਼ਿੰਦਾਬਾਦ ਕਰੀਏ, ਠੀਕ ਆ। ਪੱਕਾ ਰੱਖ ਕੇ ਕੜਾ ਮਾਰਨਾ ਮੇਰਾ ਪੁੱਤਰ, ਮਾਰ ਮੇਰਾ ਬੇਟਾ, ਜਾਂ ਪਾਕ ਮਦੀਨੇ ਵਾਲਿਆ ਕਰਮ ਕਰੀ, ਤੇਰੇ ਨਾਮ ਦਾ ਆਸਰਾ, ਤੇਰੇ ਨਾਮ ਦੀ ਖੈਰ, ਕੁੱਲ ਕਾਇਨਾਤ ਦਾ ਵਾਰਿਸ ਮੇਰੇ ਮੌਲਾ, ਇਸ ਤਰ੍ਹਾਂ ਦੇ ਸ਼ਰਮਾ ਰੱਖੀ। ਲਓ ਜੀ ਵਾਰ ਵਾਰ ਬੰਦਾ ਕਸਮਾ ਪਾਵੇ, ਅੱਛੀ ਗੱਲ ਨਹੀਂ। ਸਾਰੇ ਬੰਦੇ ਇੱਕ ਮਿੰਟ ਵਾਸਤੇ ਲਕੀਰ ਦੇ ਉੱਤੇ ਆ ਜਾਓ, ਛੱਡ ਬੇਟਾ ਇੱਥੇ ਲੈ ਜਾਣਾ। ਸਾਰੇ ਬੰਦੇ ਇੱਕ ਮਿੰਟ ਵਾਸਤੇ ਲਕੀਰ ਦੇ ਉੱਤੇ ਹੋ ਜਾਣਾ ਜੀ, ਜ਼ਰਾ ਲਕੀਰ ਨੂੰ ਕਦਮਾਂ ਦੇ ਥੱਲੇ ਕਰ ਲੈਣਾ, ਅੱਗੇ ਹੋ ਜੇ ਪੁੱਤਰ ਇੱਕ ਕਦਮ ਦਾ। ਪੁੱਤਰ ਅੱਗੇ ਹੋ ਜਾਓ, ਮੋਟਰਸਾਈਕਲ ਤੋਂ ਅਗਲੀ ਸਾਈਡ ਤੇ ਆ ਜਾਓ ਮੇਰਾ ਬੇਟਾ, ਸੱਪਾਂ ਦਾ ਕਲਾ ਬੰਦ ਕਰੋ, ਨਾਗ ਵਹਾਈਏ ਪਾਕਿਸਤਾਨ ਤੇ ਜ਼ਿੰਦਾਬਾਦ ਕਰੀਏ। ਆਵੇ ਬੇਟਾ ਇਜਾਜ਼ਤ ਹੈ, ਕਿਉਂ ਜੀ ਇਹਦਾ ਜ਼ਾਲਮਾਂ ਦਾ ਮੂੰਹ ਬੰਦ ਕਰਨ ਵਾਸਤੇ ਨਾ ਇੱਕ ਦਫ਼ਾ ਮਿਲ ਕੇ ਬੁਲੰਦ ਆਵਾਜ਼ ਨਾਲ ਕਹੋ ਹਾਂ ਯਾ ਅੱਲਾ ਖੈਰ। ਮਾਸ਼ਾ ਅੱਲਾ ਜੀ, ਮਹਿਫਲ ਮੁਸਲਮਾਨਾਂ ਦੀ, ਅੱਲਾ ਦਾ ਨਾਮ ਅਗਲੇ ਆ ਜਿਵੇਂ ਨਕਾਹ ਟੁੱਟ ਜਾਣ, ਸਾਰੇ ਭਰਾ ਬੁਲੰਦ ਆਵਾਜ਼ ਨਾਲ ਮਿਲ ਕੇ ਕਹੋ ਯਾ ਅੱਲਾ ਖੈਰ, ਕੁੱਲ ਦਾ ਭਲਾ ਤੇ ਕੁੱਲ ਦੀ ਖੈਰ। ਮਾਰ ਪੁੱਤਰ ਇਹਨੂੰ ਕੜਾ, ਕੜਾ ਮੇਰਾ ਪੁੱਤਰ ਪੱਕਾ ਰੱਖ ਕੇ ਮਾਰੇ। ਬਿਸਮਿਲਾ ਰਹਿਮਾਨ ਰਹੀਮ, ਦਮ ਦਮ ਗੁੱਗਾ ਮਾਂਦਰੀ, ਦਮ ਗਾਂਜੂ ਸੁਲਤਾਨ, ਬਰਦਮ ਧੁਮਾ ਧੁੜੀਆਂ ਤੇ ਚੜਿਆ ਗੁੱਗਾ ਚੌਹਾਨ, ਹਟ ਹੱਥ ਗੁੱਗੇ ਦੇ ਛੋਟੀ ਤੇ ਸਿਰ ਨਾਂਗਾ ਦਸਤਾਰ, ਸਭ ਨਾ ਮੰਨੇ ਪੀਰ ਦਾ ਕਹਿਣਾ, ਟੋਟੇ ਦੋ ਤੋਂ ਚਾਰ, ਜਾਦੂ ਕਰੇ ਟੂਣਾ ਕਰੇ ਸੌ ਕਰੇ ਉਲਟ ਫੇਰਾ, ਉਸੀ ਕਾ ਉਸੀ ਪੇ ਚਲੇ, ਬਰ ਹੱਕ ਲਾ ਇਲਾਹਾ ਇਲਾ ਹੋ ਮੁਹੰਮਦ ਰਸੂਲ ਉੱਲਾ ਸਦਕੇ ਯਾ ਰਸੂਲ ਉੱਲਾ। ਮਾਰ ਪੁੱਤਰ ਪਾਣੀ ਦਾ ਛੱਡਣ, ਚੌਧਰੀ ਅਗਲੇ ਅਗਲੇ ਬੰਦੇ ਇਸੇ ਕਲਮੇ ਨੂੰ ਮੰਨ ਕੇ ਤਰ੍ਹਾਂ ਬਹਿ ਜਾਓ, ਇਹ ਪਿਛਲੇ ਬੰਦੇ ਆਸਾਨੀ ਨਾਲ ਵੇਖ ਲੈਣ। ਅਗਲੇ ਅਗਲੇ ਬੰਦੇ ਮੈਂ ਕਿਹਾ ਕਲਮੇ ਨੂੰ ਮੰਨ ਕੇ ਤਰ੍ਹਾਂ ਬੈਠ ਜਾਓ, ਮੇਰਾ ਪੁੱਤ ਬਹਿਣਾ, ਮੇਰਾ ਪੁੱਤ ਕੋਈ ਗੱਲ ਨੀ, ਮਰ ਕੇ ਵੀ ਮਿੱਟੀ ਤੇ ਜਾਣਾ, ਮੇਰਾ ਪੁੱਤਰ ਤੂੰ ਵੀ ਬਹਿਣੀ ਤੇਰਾ। ਲਓ ਵੀਰ ਜੀ ਆ ਨਾਗ ਵੇਖ ਲਓ, ਮੈਂ ਪੁੱਤਰ ਧਿਆਨ ਨਾਲ ਖੇਡੀ, ਆਹ ਸੱਪ ਦੇ ਨਾਲ ਆਲੇ ਦੁਆਲੇ ਮੈਂ ਚੰਦ ਲਕੀਰਾਂ ਵਾਹੀਆਂ, ਬੋਲੋ ਭਾਜੀ ਵਾਹੀਆਂ, ਤੁਹਾਡੇ ਵੇਖਣ ਵਾਸਤੇ ਲਕੀਰਾਂ, ਮੇਰੇ ਸੱਜਣ ਮੇਰੇ ਮੁਰਸ਼ਦ, ਮੈਨੂੰ ਖਾਲੀ ਪੰਜ ਸਾਲ ਖਿਦਮਤ ਕਰਨ ਤੋਂ ਬਾਅਦ ਲਕੀਰਾਂ ਵਾਉਣੀਆਂ ਦੱਸੀ, ਇਹਨਾਂ ਲਕੀਰਾਂ ਤੋਂ ਸੱਪ ਬਾਹਰ ਜਾਵੇ, ਕਿਸੇ ਵੀਰ ਦਾ ਭਾਜੀ ਨੁਕਸਾਨ ਕਰੇ ਮੈਂ ਜ਼ਿੰਮੇਦਾਰ। ਸੱਪ ਦੇਖੋ ਪੰਜ, ਕੋਈ ਗੱਲ ਨਹੀਂ ਬਣਾਉਣ ਦਿਓ, ਸੱਪ ਵੇਖੋ ਪੰਜ ਮਿੰਟ 'ਤੇ ਕੰਮ ਖਤਮ। ਕਈ ਬੰਦੇ ਕਹਿੰਦੇ ਲਾਲਾ ਪੰਜ ਮਿੰਟ ਮੂੰਹ ਤੇਰਾ ਵੇਖ ਰਿਹਾ, ਤੂੰ ਸਾਡਾ ਵੇਖ ਲਿਆ, ਸਾਡਾ ਟਾਈਮ ਨਹੀਂ ਪਾਸ ਹੁੰਦਾ।